ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਨੇ ਤੁਹਾਡੇ? ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸੀਐਮ ਮਾਨ ਨੇ ਕੱਲ੍ਹ ਦੇ ਜਿਹੜੇ ਕੁਝ ਵੱਡੇ ਐਲਾਨ ਕੀਤੇ ਘਰਾਂ ਦੀਆਂ ਰਜਿਸਟਰੀਆਂ ਹੋਣ, ਦੋਸਤੋ ਕਿੱਦਾਂ ਹੋਣਗੀਆਂ, ਜਿਹੜਾ ਇੱਕ ਨਵਾਂ ਪ੍ਰੋਸੈਸ ਆ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਖੁਆਰ ਖੱਜਲ ਹੋਣ ਦੀ ਹੁਣ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ। ਸਾਰਾ ਜਿਹੜੀ ਘਰਾਂ ਦੀਆਂ ਰਜਿਸਟਰੀਆਂ ਇਹ ਤੁਹਾਡੇ ਆਪਣੇ ਪਿੰਡਾਂ ਦੇ ਵਿੱਚ ਹੀ ਹੋਣਗੀਆਂ। ਜਿੱਦਾਂ ਪਹਿਲਾਂ ਦੋਸਤੋ ਪਿੰਡਾਂ ਵਿੱਚ ਬੋੜਾਂ ਥੱਲੇ ਸੱਥਾਂ ਲੱਗਦੀਆਂ ਹੁੰਦੀਆਂ ਸੀ, ਅਤੇ ਉਸੇ ਹੀ ਤਰ੍ਹਾਂ ਜਿਹੜਾ ਹੁਣ ਸਾਰਾ ਪ੍ਰੋਸੈਸ ਪਿੰਡਾਂ ਵਿੱਚ ਹੀ ਤਹਿਸੀਲਦਾਰ ਆਉਣਗੇ, ਅਫਸਰ ਸਾਹਿਬਾਨ ਆਉਣਗੇ। ਉੱਥੇ ਆ ਕੇ ਭਗਵੰਤ ਮਾਨ ਜੀ ਨੇ ਦੱਸਿਆ ਕਿ ਉਹ ਸਾਡੇ ਤੁਹਾਡੇ ਜਿਹੜੀਆਂ ਘਰਾਂ ਦੀਆਂ ਜਿਹੜੀਆਂ ਵੀ ਰਜਿਸਟਰੀਆਂ ਕਰਨੀਆਂ, ਤੁਸੀਂ ਉਹਨਾਂ ਨੂੰ ਆਪਣਾ ਦੱਸ ਸਕਦੇ ਹੋ। ਉਹਨਾਂ ਨੂੰ ਉੱਥੇ ਭਾਓ, ਚਾਹ ਪਾਣੀ ਪਿਆਓ, ਰੋਟੀ ਪਾਣੀ ਖਾਓ। ਜਿਹੜੀਆਂ ਵੀ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਪਿੰਡ 'ਚ ਦੱਸੋ। ਤੁਹਾਨੂੰ ਤਹਿਸੀਲੇ ਖੁਆਰ ਖੁਆਜਲ ਹੋਣ ਦੀ ਹੁਣ ਜ਼ਰੂਰਤ ਨਹੀਂ ਹੈਗੀ, ਠੀਕ ਆ। ਅਤੇ ਇਸੇ ਵਿੱਚ ਦੋਸਤੋ ਜਿਹੜਾ ਉਹਨਾਂ ਨੇ ਲਾਈਵ ਵੀ ਕੀ ਬਿਆਨ ਦਿੱਤਾ, ਮੈਂ ਤੁਹਾਨੂੰ ਉਹਦਾ ਵੀ ਇੱਕ ਜਿਹੜਾ ਟੋਪਿਕ ਮੈਂ ਰਿਕਾਰਡ ਕੀਤਾ, ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਮੈਂ ਉਹਨਾਂ ਦੀ ਸਪੀਚ ਤੁਹਾਨੂੰ ਮੈਂ ਲਾਈਵ ਸਪੀਚ 'ਤੇ ਲੈ ਕੇ ਚੱਲਣਾ ਕਿ ਉਹਨਾਂ ਨੇ ਕੀ ਕਿਹਾ, ਠੀਕ। ਅਤੇ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਅੱਗੇ ਇੱਕ ਰਿਕੁਐਸਟ ਕਰਦਾ ਕਿ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਨਾਲ ਦੀ ਨਾਲ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੀ ਜਿਹੜੀ ਇੱਕ ਜਿਹੜਾ ਲਾਈਕ ਹੁੰਦਾ ਦੋਸਤੋ ਸਾਨੂੰ ਜਿਹੜਾ ਬਹੁਤ ਮਤਲਬ ਕਿ ਮੋਟੀਵੇਸ਼ਨਲ ਦਿੰਦਾ ਵਾ। ਤਾਂ ਆਪਾਂ ਕੋਸ਼ਿਸ਼ ਕਰਦੇ ਵੀ ਹੋਰ ਕੋਈ ਨਵੀਆਂ ਤੋਂ ਨਵੀਆਂ ਵੀਡੀਓ ਅੱਗੇ ਕੋਈ ਨਵਾਂ ਅਪਡੇਟ ਜਾਂ ਨਵੀਂ ਨਿਊਜ਼ ਲਿਆਉਣ ਵਾਸਤੇ, ਠੀਕ ਆ, ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਤੁਸੀਂ ਉਹ ਸਕੀਮਾਂ ਦਾ ਘਰੇ ਬੈਠੇ ਜਿਹੜਾ ਉਹ ਲਾਭ ਲੈ ਸਕੇ। ਚਲੋ ਦੋਸਤੋ, ਤੁਹਾਨੂੰ ਮੈਂ ਲਾਈਵ ਸਪੀਚ 'ਤੇ ਲੈ ਕੇ ਚੱਲਣਾ। ਬਹੁਤ ਗੁੱਸੇ ਪਏ ਨੇ ਹਜੇ ਸਿਸਟਮ ਨਾਲ, ਤਿੰਨ ਪੀੜ੍ਹੀਆਂ ਤੋਂ ਸਾਡੇ ਨਾਲ ਧੋਖੇ ਹੁੰਦੇ ਆਏ ਨੇ, ਤਿੰਨ ਪੀੜ੍ਹੀਆਂ, ਬਚਪਨ, ਜਵਾਨੀ, ਬੁਢਾਪਾ। ਹੁਣ ਆਉਣਗੇ ਇੱਥੇ, ਆਰਡਰ ਕਰ ਦਿੱਤੇ ਗਏ ਨੇ ਹਰ ਹਫ਼ਤੇ ਤਿੰਨ ਪਿੰਡਾਂ 'ਚ ਅਨਾਊਂਸਮੈਂਟ ਕਰਕੇ, ਜਿਵੇਂ ਵੱਡਾ ਪਿੰਡ ਹੈ ਡਿਗਰੀ ਵਾਲਾ, ਆਲੇ ਦੁਆਲੇ ਪਿੰਡਾਂ 'ਚ ਅਨਾਊਂਸਮੈਂਟ ਕਰਕੇ ਡਿਪਟੀ ਕਮਿਸ਼ਨਰ, ਤਹਿਸੀਲਦਾਰ, SDM, ADC ਇੱਥੇ ਬੈਠਣਗੇ, ਮੰਜਾ ਡਾ ਲਿਓ, ਰੋਟੀ ਪਾਣੀ ਪੱਖੋਂ ਤਾਂ ਕਹਿਣ ਦੀ ਲੋੜ ਨਹੀਂ, ਸਾਗ ਬਣ ਗਿਆ ਹੋਣਾ ਸਾਰੇ ਘਰਾਂ 'ਚ ਹੀ, ਅਤੇ ਸਾਗ ਸੂਗ ਮੱਕੀ ਦੀਆਂ ਰੋਟੀਆਂ ਖਵਾ ਕੇ ਉਹਨਾਂ ਨੂੰ ਪੁੱਛੋ ਕਿ ਸਾਡੀ ਆਹ ਰਜਿਸਟਰੀ ਹੈ ਜੀ, ਹੁਣੇ ਕਰ ਦਿਓ, ਇੱਥੇ ਹੀ ਰਜਿਸਟਰੀਆਂ ਹੋਣਗੀਆਂ, ਇੱਥੇ ਕਰੇ। ਔਰ ਜੋ ਮੈਂ ਕਹਿਣਾ ਇਹ ਹੋਊਗਾ, ਪਹਿਲਾਂ ਹੁੰਦਾ ਸੀ, ਮੈਨੂੰ ਬਜ਼ੁਰਗ ਦੱਸਦੇ ਹੁੰਦੇ ਪਹਿਲਾਂ ਹੁੰਦਾ ਸੀ ਵੀ ਬੋੜਾਂ ਥੱਲੇ ਰਜਿਸਟਰੀਆਂ ਹੁੰਦੀਆਂ ਸੀ, ਹੁਣ ਉੱਥੇ ਜਾਂਦੇ ਹਾਂ ਮਿਲਦੇ ਹੀ ਨਹੀਂ ਕੋਈ, ਬੁੱਧਵਾਰ ਨੂੰ ਆ ਜਾਓ, ਵੀਰਵਾਰ ਨੂੰ ਆ ਜਾਓ, ਹੁਣ ਬੁੱਧਵਾਰ ਵੀਰਵਾਰ ਨਹੀਂ, ਹੁਣ ਬੁੱਧਵਾਰ ਅਤੇ ਵੀਰਵਾਰ ਨੂੰ ਸਾਡੇ ਕੋਲ ਆਇਆ ਕਰੋ, ਇੱਥੇ ਬਹੁਤ ਹੋ ਗਿਆ। ਹੁਣ ਲੋਕਾਂ ਦੀ ਸਰਕਾਰ ਹੈ, ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ। ਮੈਂ ਰੁਕਦਾ, ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ, ਮੈਂ ਰੋਕਿਆ, ਕੋਈ ਮਾਂ ਰੋਕਦੀ ਸੀ, ਮੈਂ ਕਿਹਾ ਕੋਈ ਦੁਆਵਾਂ ਹੀ ਦੇਊਗੀ, ਸੀਸਾਂ ਹੀ ਦੇਊਗੀ, ਸਿਰ ਪੜੋਸਣਾ, ਕਹਿੰਦੀ ਬੁੱਤ ਤੇਰਾ ਬਸ